ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਜਨ ਮਾਨੈ ਪਰਤਖ ਗੁਰੂ ਦਿਸਤਾਰੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤਿਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਿਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨ ਕੋ ਲਾਗੇ ਜਾ ਕੀ ਪ੍ਰਭ ਅਗੇ ਅਰਦਾਸ ਤਾ ਕੋ ਬਿਗਨ ਨ ਕੋ ਲਾਗੇ ਜਾ ਕੀ ਪ੍ਰਭ ਅਗੇ ਅਰਦਾਸ ਪ੍ਰਮਾਤਮਾ ਤਿੰਨ ਹੀ ਤਾਪ ਮਾਨਸਿਕ ਸਰੀਰਕ ਅਤੇ ਹੌਮੇ ਦੇ ਰੋਗ ਦੂਰ ਕਰਨ ਵਾਲਾ ਹੈ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਅਤੇ ਸੁੱਖਾਂ ਦਾ ਖਜ਼ਾਨਾ ਹੈ ਐਸੇ ਪ੍ਰਭ ਅਗੇ ਪ੍ਰੋਸੇ ਨਾਲ ਕੀਤੀ ਹੋਈ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਹਵਸ਼ਿ ਹੀ ਪੂਰੀ ਹੁੰਦੀ ਹੈ ਕੋਈ ਵਿਗਨ ਨਹੀਂ ਰਹਿੰਦਾ ਮਲਾਰ ਮਹੱਲਾ ਪੰਜਮਾ ਏ ਗੋਬਿੰਦ ਏ ਗੋਬਾਲ ਏ ਦਿਆਲਾਲ ਰਹਾਉ ਏ ਗੋਬਿੰਦ हे गोपाल हे दयाल लाल राव हे अंतर जामी हे पालनहार हे दया दे सोमे हे सोने प्रभु प्राण नाथ अनाथ सखे ਦੀਨ ਦਰਦਨਵਾਰ ਪ੍ਰਾਨਨਾਥ ਅਨਾਥ ਸਖੇ ਦੀਨ ਦਰਦਨਵਾਰ ਏ ਜਿੰਦੇ ਮਾਲਕ ਏ ਨਖਸਮਿਆਂ ਦੇ ਸਹਾਈ ਮੇਰੇ ਗਰੀਬ ਦਾ ਦਰਦ ਦੂਰ ਕਰ ਦਿਓ ਏ ਸਮਰਥ ਅਗੰਮ ਪੂਰਨ ਮੋਹਿ ਮਯਾ ਤਾਰ ਹੇ ਸਮਰਥ ਅਗੰਮ ਪੂਰਨ ਮੋਹਿ ਮਯਾ ਤਾਰ ਹੇ ਸਭ ਤਾਕਤਾਂ ਦੇ ਮਾਰਕ ਹੇ ਪਹੁੰਚ ਹੇ ਸਰਬ ਵਿਆਪਕ ਮੇਰੇ ਉੱਤੇ ਮਿਹਰ ਕਰੋ ਮੇਰੇ ਉਤੇ ਮਿਹਰ ਕਰੋ ਆਂਧ ਕੂਪ ਮਹਾ ਭਿਆਨ ਨਾਨਕ ਪਾਰਿਓ ਤਾਰ ਏ ਨਾਨਕ ਇਹ ਸੰਸਾਰ ਬੜਾ ਡਰਾਉਣਾ ਖੂ ਹੈ ਜਿਸ ਵਿੱਚ ਕੁੱਪ ਹਨੇਰਾ ਹੈ ਮੈਨੂੰ ਇਸ ਵਿੱਚੋਂ ਪਾਲ ਲੰਗਾ ਲਓ ਕੋਰ ਦੁਖਿ ਅੰਗ ਅਨਖ ਹਤਿ ਅੰਗ ਜਨਮ ਦਰਿਦ੍ਰਿੰਗ ਮਾ ਬਿਖਿਆਦੰਗ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵ ਗਕਾਸ਼ਤ ਬਸਮੰ ਕਰੋਤ ਕੋਰ ਦੁਖਿ ਅੰਗ ਅਨਕ ਹਤਿ ਅੰਗ ਜਨਮ ਦਰਿਦ੍ਰਿੰਗ ਮਾ ਬਿਖਿਆਦੰਗ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਪਕ ਕਾਸ਼ਟ ਭਸਮ ਕਰੋਤ ਭਿਆਨਕ ਦੁੱਖ ਕਲੇਸ਼ ਅਨੇਕਾਂ ਖੂਨ ਪਾਪ ਜਨਮ ਤੋਂ ਵਿਆਪਕ ਦੁੱਖ ਰੋਗ ਅਤੇ ਗਰੀਬੀ ਵੱਡੇ ਤੋਂ ਵੱਡੇ ਝਗੜੇ ਤੇ ਪਵਾੜੇ हे ਨਾਨਕ ਇਹ ਸਾਰੇ ਪ੍ਰਮਾਤਮਾ ਦਾ ਨਾਮ ਸਿਮਰਿਆਂ ਮਿਟ ਜਾਂਦੇ ਹਨ ਜਿਵੇਂ ਅੱਗ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਲੱਲਾ ਲਾਓ ਆਉਖਦ ਜਾਹੂ ਲੱਲਾ ਲਾਓ ਆਉਖਦ ਜਾਹੂ ਦੁੱਖ ਦਰਦ ਤੇ ਮਿਟੇ ਖਨਾਹੂ ਦੁੱਖ ਦਰਦ ਤੇ ਮਿਟੇ ਖਨਾਹੂ ਲੱਲਾ ਅਖਰਦਵਾਰਾ ਉਪਦੇਸ਼ ਹੈ ਜੇ ਜੋ ਨਾਮ ਰੂਪੀ ਦਵਾਈ ਵਰਤੇਗਾ ਉਸਦੇ ਦੁੱਖ ਅਤੇ ਦਰਦ ਪਰ ਵਿੱਚ ਮਿਟ ਜਾਂਦੇ ਹਨ ਨਾਮ ਔਖਦ ਜੇ ਹਿਰਦੇ ਹਿਤਾਵੇ ਨਾਮ ਔਖਦ ਜੇ ਹਿਰਦੇ ਹਿਤਾਵੇ ਤਾਹੇ ਰੋਗ ਸੁਭਨੇ ਨਹੀਂ ਆਵੇ ਤਾਹੇ ਰੋਗ ਸੁਭਨੇ ਨਹੀਂ ਆਵੇ ਨਾਮ ਰੂਪੀ ਦਵਾਈ ਜਿਸਦੇ ਹਿਰਦੇ ਵਿੱਚ ਪਿਆਰੀ ਲੱਗ ਜਾਵੇ ਉਸ ਨੂੰ ਸੁਪਨੇ ਵਿੱਚ ਵੀ ਰੋਗ ਨਹੀਂ ਆਉਂਦਾ ਹਰ ਔਖਦ ਸਭ ਘਟ ਹੈ ਭਾਈ ਹਰ ਔਖਦ ਸਭ ਘਟ ਹੈ ਭਾਈ ਗੁਰਪੂਰੇ ਬਿਨ ਬਿਦ ਨਾ ਬਣਾਈ ਗੁਰਪੂਰੇ ਬਿਨ ਬਿਦ ਨਾ ਬਣਾਈ ਏ ਭਾਈ ਹਰੀ ਨਾਮ ਰੂਪੀ ਦਵਾਈ ਸਭ ਹਿਰਦਿਆਂ ਵਿੱਚ ਹੈ ਪਰ ਪੂਰੇ ਗੁਰੂ ਤੋਂ ਬਿਨਾ ਇਸ ਦੇ ਵਰਤਨ ਦੀ ਯੋਗਤੀ ਨਹੀਂ ਮਿਲਦੀ ਗੁਰਪੁਰ ਹੈ ਸੰਜਮ ਕਰ ਦਿਆ ਗੁਰਪੁਰ ਹੈ ਸੰਜਮ ਕਰ ਦਿਆ ਨਾਨਕ ਤਾ ਫਿਰ ਦੁੱਖ ਨਾ ਥੀਆ ਨਾਨਕ ਤਾ ਫਿਰ ਦੁੱਖ ਨਾ ਥੀਆ ਪੂਰੇ ਗੁਰੂ ਨੇ ਦਵਾਈ ਨਾਲ ਸੰਜਮ ਵੀ ਦੱਸਿਆ ਹੈ हे ਨਾਨਕ ਜੋ ਮਨੁੱਖ ਇਸ ਦਵਾਈ ਨੂੰ ਗੁਰੂ ਜੀ ਦੁਆਰਾ ਦਸੀ ਜੁਗਤ ਅਦੇ ਸੰਜਮ ਨਾਲ ਵਰਤੇਗਾ ਉਸ ਨੂੰ ਦੁੱਖ ਕਦੇ ਨਹੀਂ ਆਵੇਗਾ ਸ਼ਲੋਕ ਦੀਨ ਦਰਦ ਦੁੱਖ ਭੰਜਨਾ ਕਟਕੜ नाथ ਆਨਾਥ ਦੀਨ ਦਰਦ ਦੁੱਖ ਭੰਜਨਾ ਕਟਕੜ नाथ ਆਨਾਥ ਸ਼ਰਨ ਤੁਮਾਰੀ ਆਇਓ ਨਾਨਕ ਦੇ ਪ੍ਰਭ ਸਾਥ ਸ਼ਰਣ ਤੁਮਾਰੀ ਆਇਓ ਨਾਨਕ ਦੇ ਪ੍ਰਭ ਸਾਥ ਮੈਂ ਸਤਗੁਰ ਨਾਨਕ ਦੇਵ ਜੀ ਦਾ ਪੱਲਾ ਫੜ ਕੇ ਉਸ ਪ੍ਰਭੂ ਦੀ ਸ਼ਰਣ ਵਿੱਚ ਆਇਆ ਹਾਂ ਜੋ ਅਨਾਥਾਂ ਦਾ 나ਥ ਹੈ ਕਟਕਟ ਵਿੱਚ ਵਸਦਾ ਹੈ ਅਤੇ ਸ਼ਰਣ ਆਇਆਂ ਦੇ ਦੁੱਖ ਦਰਦ ਨਾਸ਼ ਕਰ ਦਿੰਦਾ ਹੈ ਸਰਨ ਆਇਆਂ ਦੇ ਦੁੱਖ ਦਰਦ ਨਾਸ਼ ਕਰ ਦਿੰਦਾ ਹੈ ਪੈਰੋ ਮਹੱਲਾ ਪੰਜਮਾ ਉਠਦ ਸੁਖਿਆ ਬੈਠਦ ਸੁਖਿਆ ਉਠਦ ਸੁਖਿਆ ਬੈਠਦ ਸੁਖਿਆ ਪਾਉ ਨਹੀਂ ਲੱਗੇ ਜਹ ਐਸੇ 부ਝਿਆ ਪਾਉ ਨਹੀਂ ਲੱਗੇ ਜਹ ਐਸੇ 부ਝਿਆ ਗੁਰ ਸਿਖ ਸੁਖ ਵਿੱਚ ਉਡਦਾ ਹੈ ਅਤੇ ਸੁਖ ਵਿੱਚ ਹੀ ਰਹਿੰਦਾ ਹੈ ਉਸ ਨੂੰ ਕਿਸੇ ਕਿਸਮ ਦਾ ਡਰ ਨਹੀਂ ਪਾਉ ਸਕਦਾ ਕਿਉਂਕਿ ਉਸ ਨੇ ਇਹ ਸਮਝ ਲਿਆ ਹੈ ਰਾਖਾ ਏਕ ਹਮਾਰਾ ਸੁਆਮੀ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਦਾ ਅੰਤਰ ਜਾਮੀ ਸਗਲ ਘਟਾਂ ਦਾ ਅੰਤਰ ਜਾਮੀ ਕੇ ਸਭ ਜੀਵਾਂ ਦੀ ਰੱਖਿਆ ਕਰਨ ਵਾਲੇ ਵਾਹਿਗੁਰੂ ਜੀ ਆਪ ਹਨ ਅਤੇ ਵਾਹਿਗੁਰੂ ਜੀ ਸਭ ਦਿਲਾਂ ਦੇ ਜਾਣਨ ਵਾਲੇ ਹਨ ਸੋਏ ਅਚਿੰਤਾ ਜਾਗ ਅਚਿੰਤਾ ਸੋਏ ਅਚਿੰਤਾ ਜਾਗ ਅਚਿੰਤਾ ਜਾਗਾ ਪ੍ਰਭ ਤੂੰ ਵਰਤਨਤਾ ਜਾਗਾ ਪ੍ਰਭ ਤੂੰ ਵਰਤਨਤਾ ਉਹ ਗੁਰਮੁਖ ਨਿਸ਼ਚਿੰਤ ਸੌਂਦਾ ਹੈ ਨਿਸ਼ਚਿੰਤ ਹੀ ਜਾਗਦਾ ਹੋਇਆ ਆਪਣਾ ਕਾਰ ਵਿਹਾਰ ਕਰਦਾ ਹੈ ਕਿਉਂਕਿ ਉਹਨੇ ਡਿਢ ਕਰ ਲਿਆ ਹੈ ਕਿ ਹਰ ਥਾਂ ਤੇ ਸਰਬ ਵਿਆਪਕ ਕਲਨ ਕਾਰਣ ਸਰਬ ਸਮਰੱਥ ਵਾਹਿਗੁਰੂ ਜੀ ਹੀ ਸਭ ਕੁਝ ਕਰ ਰਹੇ ਹਨ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਰ ਸੁਖ ਵਸਿਆ ਬਾਹਰ ਸੁਖ ਪਾਇਆ ਕਉ ਨਾਨਕ ਗੁਰ ਮੰਤਰ ਦਰੜਾਇਆ ਕਉ ਨਾਨਕ ਗੁਰ ਮੰਤਰ ਦਰੜਾਇਆ ਇਸ ਵਾਸਤੇ ਉਹਦੇ ਹਿਰਦੇ ਵਿੱਚ ਸੁਖ ਵਸਦਾ ਹੈ ਉਹ ਤੇ ਸੰਸਾਰ ਵਿੱਚ ਵੀ ਉਹਨੂੰ ਸੁਖ ਹੀ ਮਿਲਦਾ ਹੈ ਕਿਉਂਕਿ ਗੁਰੂ ਜੀ ਨੇ ਉਸ ਨੂੰ ਉਪਦੇਸ਼ ਪੱਕਾ ਕਰਾ ਦਿੱਤਾ ਹੈ ਇਕ ਆਸ ਰੱਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਇਕ ਆਸ ਰੱਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਮਨ ਵਿੱਚ ਇੱਕ ਪਰਮੇਸ਼ਰ ਤੇ ਆਸ ਰੱਖੋ ਏ ਨਾਨਕ ਇਸ ਤਰ੍ਹਾਂ ਸਾਰੇ ਰੋਗ ਮਿਟ ਜਾਣਗੇ ਸੋਟ ਮਾਲਾ ਪੰਜਮਾ गए कलेस रोग सब नासे प्रभु अपने कृपा धारी गए कलेस रोग सब नासे प्रभु अपने कृपा धारी सारे कलेश खत्म हो गए हैं सारे रोग नष्ट गए हैं क्योंकि अपने कृपालू प्रभु ने ਕਿਰਪਾ ਕਰ ਦਿੱਤੀ ਹੈ ਆਠ ਪੈਰ ਆਰਾ ਦੋ ਸੁਆਮੀ ਪੂਰਨ ਕਾਲ ਹਮਾਰੀ ਆਠ ਪੈਰ ਆਰਾ ਦੋ ਸੁਆਮੀ ਪੂਰਨ ਕਾਲ ਹਮਾਰੀ ਉਸ ਪ੍ਰਭੂ ਸੁਆਮੀ ਨੂੰ ਅਠੇ ਪੈਰ ਯਾਦ ਕਰੀਏ ਤਾਂ ਕਿ ਸਾਡੀ ਕਾਲ ਪੂਰਨ ਹੋਵੇ ਹਰ ਜੀਓ ਤੂੰ ਸੁਖ ਸੰਪਤ ਰਾਸ ਹਰ ਜਿਉ ਤੂੰ ਸੁਖ ਸੰਪਤ ਰਾਸ ਏ ਵਾਹਿਗੁਰੂ ਤੂੰ ਸਾਰੇ ਸੁਖਾਂ ਦਾ ਖਜ਼ਾਨਾ ਹੈ ਰਾਖ ਲੈਓ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਾਖ ਲੈਓ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾਉ हे ਵਾਹਿਗੁਰੂ ਜੀ ਤੁਸੀਂ ਮੈਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਲਵੋ हे ਪ੍ਰਭੂ ਜੀ ਤੁਹਾਡੇ ਅੱਗੇ ਮੇਰੀ ਇਹੀ ਅਰਦਾਸ ਹੈ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਆਪਣੇ ਮਾਲਿਕ ਤੇ ਭਰੋਸਾ ਰੱਖ ਕੇ ਵਾਹਿਗੁਰੂ ਜੀ ਕੋਲੋਂ ਜੋ ਕੁਝ ਵੀ ਮੈਂ ਮੰਗਦਾ ਹਾਂ ਉਹ ਸਭ ਕੁਝ ਮੈਨੂੰ ਪ੍ਰਾਪਤ ਹੋ ਜਾਂਦਾ ਹੈ ਕਉ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲਿਆਂ ਦੇ ਸਾਹ ਕਉ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲਿਆਂ ਦੇ ਸਾਹ ਆਖ ਨਾਨਕ ਕਿ ਪੂਰਾ ਗੁਰ ਮੇਰੇ ਨਾਲ ਮੇਰੇ ਸਾਰੇ ਡਾਲ ਖਤਮ ਹੋ ਗਏ ਹਨ ਅਨਕ ਭਾਵੀ ਰੋਗ ਨ ਜਾਏ ਅਨਕ ਭਾਵੀ ਰੋਗ ਨ ਜਾਏ ਰੋਗ ਮਿਟੇ ਹਰਿ ਅਵਖਦ ਲਾਏ ਰੋਗ ਮਿਟੇ ਹਰਿ ਅਵਖਦ ਲਾਏ ਜਿਹੜਾ ਰੋਗ ਅਨੇਕਾਂ ਪਾਵਾਂ ਦਵਾਈਆਂ ਤੇ ਹੋਰ ਹੀਲੀਆਂ ਨਾਲ ਦੂਰ ਨਹੀਂ ਹੁੰਦਾ ਉਹ ਰੋਗ ਨਾਮ दारू ਨਾਲ ਮਿਟ ਜਾਂਦਾ ਹੈ ਰਾਗ ਬਿਲਾਵਲ ਮਹਲਾ 5ਮਾ ਦੁਬ ਦੇ ਕਰ ਪੰਜਮਾ ਇਕ ਓੰਕਾਰ ਸਤਿਗੁਰ ਬਰਸਾਦ ਅਵਰੋ ਪਾਪ ਸਭ त्यागਿਆ ਦਾਰੂ ਨਾਮ ਲਿਆ ਅਵਰੋ ਪਾਪ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਤਾਬ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਜਿਸ ਮਨੁਖ ਨੇ ਹੋਰ ਸਾਰੇ ਹਿਲੇ ਦਵਾਈਆਂ ਆਗ ਛੱਡ ਦਿੱਤੇ ਹਨ ਅਤੇ ਪ੍ਰਮਾਤਮਾ ਦੇ ਨਾਮ ਦੀ ਹੀ ਦਵਾਈ ਵਰਤੀ ਹੈ ਉਸ ਦੇ ਸਾਰੇ ਦੁੱਖ ਕਲੇਸ਼ ਸਾਰੇ ਪਾਪ ਸਾਰੇ ਰੋਗ ਮਿਟ ਗਏ ਹਨ ਉਸ ਦਾ ਮਨ ਠੰਡਾ ਠਾਰ ਹੋ ਗਿਆ ਹੈ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਬੂਰੇ ਗੁਰੂ ਦੀ ਯਾਦ ਵਿੱਚ ਰਹਿਣ ਨਾਲ ਸਾਰਾ ਦੁੱਖ ਕਲੇਸ਼ ਦੂਰ ਹੋ ਗਿਆ ਹੈ ਕਿਉਂਕਿ ਰੱਖਿਆ ਕਰਨ ਦੇ ਸਮਰੱਥ ਵਾਹਿਗੁਰੂ ਜੀ ਨੇ ਉਸ ਉਤੇ ਕਿਰਪਾ ਕਰਕੇ ਦੁੱਖਾਂ ਕ੍ਰੇਸ਼ਾਂ ਤੋਂ ਉਸ ਦੀ ਰੱਖਿਆ ਕੀਤੀ ਹੈ ਬਹਾ ਪਗੜ ਪ੍ਰਭ ਕਾਢਿਆ ਕੀ ਨਾ ਆਪਣਿਆ ਬਹਾ ਪਗੜ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆ ਪ੍ਰਭੂ ਨੇ ਉਸ ਦੀ ਬਾਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ ਇਹ ਨਾਨਕ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਅਤੇ ਸਰੀਰ ਆਨੰਦ ਭਰਪੂਰ ਹੋ ਗਏ ਹਨ ਅਤੇ ਉਸ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਰਹਾ ਗੁਰਪੂਰੈ ਕਿਰਪਾ ਕਰੀ ਕਟਿਆ ਦੁਖ ਰੋਗ ਗੁਰਪੂਰੈ ਕਿਰਪਾ ਕਰੀ ਕਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਣ ਜੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭੂ ਤੇ ਆਵਣ ਜੋਗ ਪੂਰੇ ਗੁਰੂ ਨੇ ਅਪਾਰ ਕਿਰਪਾ ਕਰਕੇ ਦੁੱਖ ਤੇ ਰੋਗ ਘਟ ਦਿੱਤਾ ਹੈ ਤੇ ਹੁਣ ਮੇਰੇ ਅੰਦਰ ਸੁਖ ਤੇ ਸ਼ਾਂਤੀ ਦਾ ਨਿਵਾਸ ਹੋ ਗਿਆ ਹੈ ਇਸ ਵਾਸਤੇ ਪ੍ਰਭੂ ਤੇ ਆਵਣ ਜੋਗ ਹੈ ਬਿਲਾਵਲ ਮਹਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਤ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਥ ਵਡ ਪਰਤਾਬ ਅਚਰਜ ਰੂਪ ਹਰ ਕੀ ਨੀਂਦਾਤ ਵਡ ਪਰਤਾਬ ਅਚਰਜ ਰੂਪ ਹਰ ਕੀ ਨੀਂਦਾਤ ਪ੍ਰਮਾਤਮਾ ਨੇ ਆਪ ਕਿਰਪਾ ਕਰਕੇ ਮੇਰਾ ਰੋਗ ਦੂਰ ਕਰ ਦਿੱਤਾ ਹੈ ਅਤੇ ਹੁਣ ਮੇਰੇ ਅੰਦਰ ਸੁੱਖ ਅਤੇ ਸ਼ਾਂਤੀ ਦਾ ਨਿਵਾਸ ਹੋ ਗਿਆ ਹੈ ਉਹ ਪ੍ਰਮਾਤਮਾ ਵੱਡੇ ਪ੍ਰਤਾਪ ਵਾਲਾ ਹੈ ਅਸਰ ਜੋ ਸੂਪ ਵਾਲਾ ਹੈ ਉਸੇ ਨੇ ਹੀ ਮੇਰੇ ਉੱਤੇ ਬਖਸ਼ਿਸ਼ ਕੀਤੀ ਹੈ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤੇਸ ਕੀ ਸਰਣਾਗਤੀ ਜੋ ਸਦਾ ਸਹਾਈ ਹਮ ਤੇਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਓ ਏ ਮੇਰੇ ਭਾਈ ਅੰਤਰਾਜਮੀ ਸਤਗੁਰੂ ਜੀ ਨੇ ਮੇਰੇ ਉਤੇ ਕਿਰਪਾ ਕੀਤੀ ਹੈ ਅਤੇ ਮੈਨੂੰ ਹੱਥ ਦੇ ਕੇ ਰੱਖ ਲਿਆ ਹੈ ਮੈਂ ਤਾਂ ਉਸ ਪ੍ਰਮਾਤਮਾ ਦਾ ਹੀ ਆਸਰਾ ਲਿਆ ਹੈ ਜੋ ਸਦਾ ਸਹਾਇਤਾ ਕਰਦਾ ਹੈ ਜੋ ਸਦਾ ਸਹਾਇਤਾ ਕਰਦਾ ਹੈ ਮਿਰਥੀ ਕਦੇ ਨ ਹੋਵੇਈ ਜਨ ਕੀ ਅਰਦਾਸ ਮਿਰਥੀ ਕਦੇ ਨ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਦਾ ਪੂਰਨ ਗੁਣਤਾਸ ਨਾਨਕ ਜੋਰ ਗੋਬਿੰਦ ਦਾ ਪੂਰਨ ਗੁਣਤਾਸ ਸੇਵਕ ਦੀ ਅਰਜੋਈ ਕਦੇ ਖਾਲੀ ਨਹੀਂ ਜਾਂਦੀ ਏ ਨਾਨਕ ਸਾਰੇ ਬ੍ਰਹਮੰਡ ਵਿੱਚ ਪ੍ਰਮਾਤਮਾ ਦੀ ਸ਼ਕਤੀ ਹੀ ਚੱਲ ਰਹੀ ਹੈ ਉਹੀ ਸਾਰੇ ਗੁਣਾਂ ਦਾ ਖਜ਼ਾਨਾ ਹੈ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਆਪਣੇ ਸਤਗੁਰ ਜੀ ਦਾ ਸਿਮਰਨ ਕਰਕੇ ਸਾਰੇ ਦੁੱਖ ਮਿਟ ਗਏ ਹਨ ਗੁਰੂ ਦੇ ਸ਼ਬਦ ਰਾਹੀਂ ਸਾਰੇ ਤਾਪ ਰੋਗ ਦੂਰ ਹੋ ਗਏ ਹਨ ਮਨਿ ਚਿਤ ਫਲ ਮਿਲ ਗਏ ਹਨ ਸੋਟ ਮਹਲਾ ਪੰਜਵਾਂ ਬਖਸ਼ਿਆ ਬਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਬਖਸ਼ਿਆ ਬਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਲਜ ਸਗਲ ਸਵਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਪਾਤ੍ਰਨ ਪਰਮੇਸ਼ਰ ਨੇ ਬਖਸ਼ਿਸ਼ ਕਰਕੇ ਸਾਰੇ ਰੋਗ ਦੂਰ ਕਰ ਦਿੱਤੇ ਹਨ ਪੂਰੇ ਗੁਰੂ ਦੀ ਸ਼ਰਨ ਦੁਆਰਾ ਸਾਰੇ ਰੋਗ ਕੱਟੇ ਗਏ ਹਨ ਅਤੇ ਸਾਰੇ ਕਾਰਜ ਸਫਲ ਹੋ ਗਏ ਹਨ ਹਰ ਜਨ ਸਿਮਰਿਆ ਨਾਮ ਆਧਾਰ ਹਰ ਜਨ ਸਿਮਰਿਆ ਨਾਮ ਆਧਾਰ ਤਾਬ ਉਤਾਰਿਆ ਸਤਗੁਰੂ ਪੂਰੇ ਤਾਬ ਉਤਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਰਹਾਉ ਵਾਹਿਗੁਰੂ ਦੇ ਸੇਵਕ ਨੇ ਨਾਮ ਨੂੰ ਸਿਮਰਿਆ ਅਤੇ ਨਾਮ ਦਾ ਆਸਰਾ ਲਿਆ ਹੈ ਪੂਰੇ ਸਤਗੁਰੂ ਜੀ ਨੇ ਆਪਣੀ ਕਿਰਪਾ ਕਰਕੇ ਆਪਣੇ ਸੇਵਕ ਦਾ ਤਾਬ ਲਾ ਦਿੱਤਾ ਹੈ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ પાਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ પાਖਿਆ ਇਹ ਮੇਰੇ ਪਿਆਰੇ ਸਤਗੁਰੂ ਜੀ ਨੇ ਹਰ ਗੋਬਿੰਦ ਦੀ ਰੱਖਿਆ ਕੀਤੀ ਹੈ ਅਤੇ ਇਸ ਦੀਵੀ ਆਨੰਦ ਦੀ ਪ੍ਰਾਪਤੀ ਹੋ ਗਈ ਹੈ हे ਨਾਨਕ ਸਿਰਜਣਹਾਰ ਕਰਤਾਰ ਵੱਡੀ ਵਡਿਆਈ ਦਾ ਮਾਲਕ ਹੈ ਸਤਗੁਰੂ ਜੀ ਨੇ ਸੱਚੇ ਸ਼ਬਦ ਰਾਹੀਂ ਸੱਚਾ ਉਪਦੇਸ਼ ਦਿੱਤਾ ਹੈ ਸਤਗੁਰੂ ਜੀ ਨੇ ਸੱਚੇ ਸ਼ਬਦ ਰਾਹੀਂ ਸੱਚਾ ਉਪਦੇਸ਼ ਦਿੱਤਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ